ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝ ਅੱਜ ਅਸੀਂ ਛੋਟਾ ਹਰੀਪੁਰਾ ਮਹੱਲਾ ਘਮਿਆਰਾਂ ਦੇ ਮਹੱਲੇ ਆ ਕੇ ਪਹੁੰਚੇ ਆ ਤੇ ਅਸੀਂ ਦੇਖ ਸਕਦੇ ਹਾਂ ਅੰਕਲ ਜੀ ਦੇ ਹੱਥ ਨਾਲ ਕਾਰੀਗਰ ਕਰ ਰਹੇ ਨੇ ਗੱਲਬਾਤ ਕਰਨੀ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਮੈਂ ਛੋਟਾਪੁਰਾ ਛੋਟਾ ਹਰੀਪੁਰਾ ਅੰਮ੍ਰਿਤਸਰ ਘਮਿਆਰਾਂ ਦੇ ਮਹੱਲੇ ਦਾ ਵਾਸੀ ਹਾਂ ਹਾਂਜੀ ਸਰ ਸਾਰੇ ਮੀਡੀਆ ਵਾਲੇ ਪਹੁੰਚੇ ਆ ਤੇ ਤੁਸੀਂ ਆਪਣੇ ਹੱਥ ਨਾਲ ਇਹਨਾਂ ਵਧੀਆ ਬਣਾ ਰਹੇ ਨੇ ਬਾਰੇ ਕੀ ਕਹਿ ਦਿੰਦੇ ਹੋ ਦੇਖੋ ਜੀ ਸਾਡਾ ਕਿੱਦਾਂ ਹੈਗਾ ਬਚਪਨ ਤੋਂ ਇਹ ਕੰਮ ਕਰ ਰਹੇ ਹਾਂ ਜੀ ਹੱਥ ਨਾਲ ਬਣਾ ਰਹੇ ਹਾਂ ਸਾਨੂੰ ਹੱਥ ਨਾਲ ਸਾਡੂ ਜਾਤ ਹੈ ਕਿਤੇ ਅਸੀਂ ਬਣਾ ਰਹੇ ਹਾਂ ਅੱਜ ਤੱਕ ਲੋਕੀ ਚਾਈਨੀਜ਼ ਵੱਲ ਜਾ ਚਲੇ ਗਏ ਨੇ ਉਹ ਕਹਿੰਦੇ ਸਸਤਾ ਪੈਂਦਾ ਹੈ ਉਹਦੇ ਵੱਲ ਜਾ ਕੇ ਹਮ ਚਲ ਗਿਆ ਵੈ ਤੇ ਲੋਕ ਲੱਗਦਾ ਇਹਦੇ ਚੀਜ਼ ਵੱਲ ਕਿਉਂ ਨਹੀਂ ਵੱਲਦਾ ਇਸ ਕਰਕੇ ਕਿ ਉਹ ਚਾਈਨਾ ਦਾ ਆਈਟਮ ਜਿਹੜੀ ਹੈ ਸਸਤੀ ਮਿਲ ਜਾਂਦੀ ਹੈ ਸਾਨੂੰ ਇਹ ਕਾਸਟ ਬਹੁਤ ਮਹਿੰਗੀ ਪੈਂਦੀ ਹੈ ਕਿੰਨੀ ਪੈ ਇਹ ਅਸੀਂ ਇੱਕ ਆ ਜਿਹੜਾ ਦੀਵਾ ਹੈ ਅਸੀਂ ਇਹ ਕਲਰਫੁੱਲ ਕਰਕੇ 3 ਰੁਪਏ ਦੇ ਦਿੰਦੇ ਹਾਂ ਕਾਸਟ ਸਾਨੂੰ ਇਹ 2.5 ਰੁਪਏ ਪੈਂਦੀ ਹੈ ਤੇ 50 ਪੈਸੇ ਦੀ ਰੋਟੀ ਨਹੀਂ ਚੱਲਦੀ ਇਸ ਕਰਕੇ ਰਾਡਾ ਕਿੱਤਾ ਸਭ ਖਤਮ ਕਰਦੇ ਹਾਂ ਤੇ ਇਹ ਮਤਲਬ ਕਿ ਤੁਸੀਂ ਆ ਲਿਆਉਂਦੇ ਮਿੱਟੀ ਕਿਹੜੀ ਸਾਈਡ ਲੈ ਕੇ ਆਉਂਦੇ ਹੋ ਇਹ ਮਿੱਟੀ ਬਹੁਤ ਦੂਰੋਂ ਆਉਂਦੀ ਹੈ 5-6000 ਦੀ ਟਾਲੀ ਆਉਂਦੀ ਹੈ ਪਹਿਲੇ ਸਮੇਂ ਦੇ ਵਿੱਚ ਸਾਨੂੰ ਮਾਟੀ ਕਲਾ ਬੋਰਡ ਹੁੰਦਾ ਸੀ ਸਾਨੂੰ ਮਿੱਟੀ ਫ੍ਰੀ ਮਿਲਦੀ ਨਹੀਂ ਸੀ ਤੇ ਸਾਡੀ ਸੁਵਿਧਾ ਕੋਈ ਨਹੀਂ ਹੈ ਜ਼ਿਮੀਦਾਰਾਂ ਨੂੰ ਅੱਜ ਵੀ ਸੁਵਿਧਾ ਆ ਗਿਆ ਸਾਨੂੰ ਸੁਵਿਧਾ ਚਾਹੀਦੀ ਹੈ ਤਾਂ ਕਿ ਸਾਡਾ ਕਿੱਤਾ ਅੱਗੇ ਚੱਲਦਾ ਰਹੇ ਇਹ ਜੀਵਨ ਮਰਨ भारतीय नंबर 2 ते मिट्टी 4-5000 ट्राली दी लियाउणी ज्यादा ही सरकार वल्लों जिहड़ी सहूलत उहनां नूं मिली सी पहलां छोटी गल जिवे दिवाली दिवे हर चीज बना रहे बेचारे किलों लगे हुए मगर जो चैनल का समान ਸਾਰਾ ਆ ਰਿਹਾ ਹੈ ਬਹੁਤ ਸਸਤਾ ਮਿਲਦਾ ਹੈ ਤੇ ਜਿਹੜੇ ਮਿੱਟੀ ਦੇ ਗਏ ਕਿਵੇਂ ਵਿਕਣਗੇ ਲੋਕੀ ਕਿਵੇਂ ਲੈਣਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹੀ ਵਿਚਾਰ ਹੈ ਜੀ ਵੇਖੋ ਇਹਦੀ ਸਮਝ ਆਪਣੀ ਜੇਕਰ ਚਾਈਨਾ ਦੀ ਆਈਟਮ ਆਪਾਂ ਨੂੰ ਸਸਤੀ ਮਿਲ ਰਹੀ ਆ ਤੇ ਆਪਾਂ ਉਸ ਚੀਜ਼ ਵਾਲੇ ਪਾਸੇ ਭੱਜਾਂਗੇ ਤੇ ਆਪਣਾ ਇੰਡੀਆ ਤੇ ਬਰਬਾਦ ਆਪਾਂ ਕਿਉਂ ਕਹਿੰਦੇ ਆ ਵੀ ਸਾਡੇ ਦੇ ਭੁੱਖ ਮਰੀ ਪੈ ਕੰਮ ਕਿਉਂ ਆਪਾਂ ਹੜਤਾਲਾਂ ਕਰਦੇ ਆ ਕਿਉਂ ਨਾਰੇਬਾਜ਼ੀਆਂ ਕਰਦੇ ਆ ਕਿਉਂ ਬਣਾ ਕੇ ਪਾਣੀ ਦੀ ਸਾਰੀ ਗਲਤੀ ਸਾਡੀ ਆਪਣੀ ਖੁਦ ਦੀ ਆ ਕਿਸੇ ਦੀ ਕੋਈ ਗਲਤੀ ਨਹੀਂ ਜੇਕਰ ਆਪਾਂ ਇਹ ਵਾਲਾ ਦੀਵਾ ਬਾਲਦੇ ਆ ਇਹਨਾਂ ਦੇ ਕੋਲ 4 ਪੈਸੇ ਆ ਹਾਂਜੀ ਪਾਪਾ ਜੀ ਦਾ ਨਾਮ ਕੀ ਹੈ ਇਹ ਪਾਪਾ ਜੀ ਤੁਸੀਂ ਆ ਜਿਹੜੇ ਬਣਾਉਂਦੇ ਹੋ ਦੀਵੇ ਵਗੈਰਾ ਬਣਾਉਂਦੇ ਹੋ ਦੀਵਾਲੀਆਂ ਦੀਵਾਲੀ ਤੇ ਬਣਾਉਂਦੇ ਹੋ ਤੇ ਇਹਨਾਂ ਦੇ ਕਿੰਨੇ ਕਿਦਾ ਪੈ ਜਾਂਦਾ ਇੱਕ ਦੀਵਾ ਕਿੰਨੇ ਕਿਦਾ ਹੁੰਦਾ ਹੈ ਕਈ ਮਿਆਂ ਦੇ ਹੁੰਦੇ ਕੋਈ ਛੋਟਾ ਵੀ ਹੁੰਦਾ ਵੱਡਾ ਵੀ ਹੁੰਦਾ ਹੈ ਕੋਈ ਵਧੀਆ ਹੁੰਦਾ ਕੋਈ ਗੋਲ ਦੀਵਾ ਅੱਜ ਕੱਲ ਚਾਈਨੀ ਸਮਾਨ ਜ਼ਿਆਦਾ ਆ ਗਿਆ ਲੋਕ ਉਹ ਜ਼ਿਆਦਾ ਖਰੀਦਣ ਦਾ ਪਏ ਆ ਤੇ ਇਹ ਮਤਲਬ ਕਿ ਥੋੜਾ ਕਿੰਨੇ ਚ ਮਿਲਦਾ ਹੈ ਤਾਂ ਲੋਕ ਉਹਦੇ ਭੱਟ ਗਏ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਉਹ ਨੰਬਰ ਤੁਸੀਂ 2 ਦਿਨ ਤੱਕ ਲੱਗਾਂਗੇ ਲਾਵਾਂਗੇ ਇਹ ਕੀ ਹੈ ਹਾਂਜੀ ਹਾਂਜੀ ਹਾਂ ਚਾਈਨਾ ਵਾਲਾ ਅੱਛਾ ਅੱਛਾ
माता दी मूर्तियां हर चीज ये आप तैयार कर दो जी।